ਜਿਸ ਤਰ੍ਹਾਂ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਪੂਰਾ ਦੇਸ਼ ਲੋਕਡਾਊਨ ਕੀਤਾ ਗਿਆ ਹੈ ਅਤੇ ਕਈ ਸਟੇਟਾਂ ਦੇ ਵਿੱਚ ਕਰਫਿਊ ਵੀ ਲੱਗਾ ਹੋਇਆ ਹੈ, ਤਾਂ ਇਸ ਦੇ ਚੱਲਦੇ ਜੋ ਕਿ 14 ਅਪ੍ਰੈਲ ਤੱਕ ਲੋਕਡਾਊਨ ਲੱਗਾ ਹੋਇਆ ਸੀ ਉਸ ਦੀ ਮਿਆਦ ਜਿਹੜੀ ਹੈ ਉਹ ਵਧਾ ਕੇ ਜਿਹੜੀ ਉਹ 3 ਮਈ ਤੱਕ ਪੂਰੇ ਦੇਸ਼ ਦੇ ਵਿੱਚ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਵਿੱਚ ਵੀ ਜਿਹੜਾ ਕਰਫਿਊ ਹੈ ਉਹਦੀ ਮਿਆਦ ਜਿਹੜੀ ਵਧਾ ਕੇ 3 ਮਈ ਤੱਕ ਕਰ ਦਿੱਤੀ ਗਈ ਹੈ। ਲੋਕਡਾਊਨ ਦੇ ਚੱਲਦਿਆਂ ਜਿਹੜੀਆਂ ਨਵੀਆਂ ਗਾਈਡਲਾਈਨ ਨਵੀਆਂ ਹਦਾਇਤਾਂ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀਆਂ ਗਈਆਂ ਹਨ, ਨੰਬਰ 1 ਖੇਤੀਬਾੜੀ ਦੇ ਨਾਲ ਜੁੜੇ ਕੰਮਾਂ ਦੇ ਵਿੱਚ ਛੂਟ ਦੇਣ ਦਾ ਐਲਾਨ ਕੀਤਾ ਗਿਆ ਵਾ। ਜਿਹੜੇ ਬੰਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੀ ਛੂਟ ਹੈ ਉਹ ਕਰਫਿਊ ਦੇ ਵਿੱਚ ਲੋਕਡਾਊਨ ਦੇ ਵਿੱਚ ਆ ਜਾ ਸਕਦੇ ਨੇ। ਦੇਸ਼ ਭਰ ਦੇ ਵਿੱਚ ਜਿਹੜੀਆਂ ਹਵਾਈ ਉਡਾਨਾਂ, ਰੇਲ, ਬੱਸਾਂ 'ਤੇ ਰੋਕ 14 ਅਪ੍ਰੈਲ ਤੱਕ ਲਗਾਈ ਗਈ ਸੀਗੀ ਉਸ ਨੂੰ ਵਧਾ ਕੇ ਜਿਹੜਾ ਉਸਦੀ ਮਿਆਦ ਵਧਾ ਕੇ ਉਸ ਨੂੰ 3 ਮਈ ਤੱਕ ਕਰ ਦਿੱਤਾ ਗਿਆ ਵਾ। ਸਿਰਫ ਜ਼ਰੂਰੀ ਵਸਤਾਂ ਵਾਲੀਆਂ ਗੱਡੀਆਂ ਨੂੰ ਹੀ ਇਜਾਜ਼ਤ ਦਿੱਤੀ ਗਈ ਆ ਕਿ ਉਹੀ ਜਿਹੜੀਆਂ ਜਾ ਸਕਦੀਆਂ ਹਨ, ਬਾਕੀ ਜਿਹੜੀਆਂ ਸਾਰੇ ਪ੍ਰਾਈਵੇਟ ਵਾਹਨ ਜਾਂ ਸਾਰੇ ਜਿਹੜੇ ਨੇ ਉਹ ਬਿਲਕੁਲ ਬੰਦ ਕੀਤੇ ਗਏ ਹਨ। ਸੁਰੱਖਿਆ ਨਾਲ ਜੁੜੇ ਲੋਕਾਂ ਦੀ ਆਵਾਜਾਈ 'ਤੇ ਕੋਈ ਰੋਕ ਨਹੀਂ ਹੋਏਗੀ। ਇਸ ਤੋਂ ਇਲਾਵਾ ਹੋਟਸਪੋਟਸ ਵਾਲੇ ਖੇਤਰਾਂ ਵਿੱਚ ਸਖਤੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਨੇ। ਜਨਤਕ ਥਾਵਾਂ 'ਤੇ ਮਾਸਕ ਪਾਉਣਾ ਜਿਹੜਾ ਵਾ ਉਹ ਲਾਜ਼ਮੀ ਕਰ ਦਿੱਤਾ ਗਿਆ ਵਾ। ਜਿਹੜਾ ਮਾਸਕ ਨਹੀਂ ਪਾਊਗਾ ਉਸ ਨੂੰ ਜੁਰਮਾਨਾ ਜਿਹੜਾ ਕੀਤਾ ਜਾਊਗਾ। ਥੁੱਕਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਜਨਤਕ ਥਾਵਾਂ 'ਤੇ ਕੋਈ ਬੰਦਾ ਥੁੱਕ ਨਹੀਂ ਸਕਦਾ, ਉੱਥੇ ਵੀ ਜਿਹੜਾ ਵਾ ਉਹ ਜੁਰਮਾਨਾ ਭਾਰੀ ਕੀਤਾ ਜਾਊਗਾ। ਸਾਰੇ ਧਾਰਮਿਕ ਸਥਾਨਾਂ, ਸਿੱਖ ਅਦਾਰੇ 3 ਮਈ ਤੱਕ ਜਿਹੜੇ ਨੇ ਉਹ ਬੰਦ ਰਹਿਣਗੇ। ਇਹ ਨਵੀਆਂ ਗਾਈਡਲਾਈਨਾਂ ਜਿਹੜੀਆਂ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀਆਂ ਹਨ।